ਜਲੰਧਰ ਸਥਿਤ ਡਾਕਟਰ ਬੀ ਆਰ ਅੰਬੇਡਕਰ ਐਨ ਆਈਟੀ ਅਤੇ ਭਾਰਤ ਪਾਵਰ ਗ੍ਰਿਡ ਕਾਰਪੋਰੇਸ਼ਨ ਵਿਚਾਲੇ ਅੱਜ ਹੋਇ ਇੱਕ ਐਮਓਯੂ ਤੇ ਐਨ ਆਈਟੀ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆਂ ਅਤੇ ਪਾਵਰ ਗ੍ਰਿਡ ਦੇ ਯੋਗੇਸ਼ ਕੁਮਾਰ ਧਿਕਸ਼ਤ ਨੇ ਦਸਤਖਤ ਕੀਤੇ ਇਸ ਐਮਓਯੂ ਦਾ ਮਕਸਦ ਦੇਸ਼ ਵਿਦੇਸ਼ ਵਿੱਚ ਕੰਮ ਕਰ ਰਹੇ ਪਾਵਰ ਗ੍ਰਿਡ ਦੇ ਅਧਿਕਾਰੀਆਂ ਦੀ ਯੋਗਤਾ ਨੂੰ ਵਧਾਉਣਾ ਹੈ ਆਪਣੀ ਕਿਸਮ ਦਾ ਇਹ ਪਹਿਲਾ ਪ੍ਰੋਗਰਾਮ ਹੈ ਜਿਸ ਨੂੰ ਐਨ ਆਈਟੀ ਨੇ ਨਵੀਂ ਸਿੱਖਿਆ ਨੀਤੀ 2020 ਦੇ ਮੁਤਾਬਕ ਤਿਆਰ ਕੀਤਾ ਹੈ ਉਮੀਦਵਾਰਾਂ ਨੂੰ ਐਮਟੈਕ ਦੀ ਡਿਗਰੀ ਆਨਲਾਈਨ ਦਿੱਤੀ ਜਾਏਗੀ ਇਸ ਮੌਕੇ ਐਨਆਈਟੀ ਦੇ ਬੋਰਡ ਆਫ ਗਵਰਨੈਂਸ ਦੇ ਚੇਅਰਪਰਸਨ ਸੁਬਾਸ ਚੰਦਰ ਰਲਨ ਵੀ ਮੌਜੂਦ ਸਨ ਇਹ ਐਮਓਯੂ ਸਹੀਬਤ ਕਰਨ ਲਈ ਉਹਨਾਂ ਦੋਹਾਂ ਧਿਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਤਿਆਰ ਕੀਤੇ ਜਾਣ ਪ੍ਰੋਫੈਸਰ ਕਨੌਜੀਆ ਨੇ ਕਿਹਾ ਕਿ ਭਵਿੱਖ ਵਿੱਚ ਐਨਆਈਟੀ ਵੱਲੋਂ ਨਵੇਂ ਪ੍ਰੋਗਰਾਮ ਬਣਾਉਣ ਬਾਰੇ ਧਿਆਨ ਦਿੱਤਾ ਜਾਏਗਾ ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾਕਟਰ ਆਰਕੇ ਗਰਗ ਅਤੇ ਡਾਕਟਰ ਏ ਸਚਦੇਵਾਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ